ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਫੈਕਟ ਨਿਊਜ਼ ਤੇ ਮੈਂ ਸਿਮਨ ਟਾਲੀਵਾਲ। ਅੰਮ੍ਰਿਤਸਰ ਦੇ ਵਿੱਚ ਕਾਂਗਰਸ ਪਾਰਟੀ ਦੀ ਇੱਕ ਅਹਿਮ ਮੀਟਿੰਗ ਚੱਲ ਰਹੀ ਸੀ ਅਤੇ ਖੁੱਲ੍ਹੇ ਮੰਚ ਤੇ ਹੀ ਇਸ ਮੀਟਿੰਗ ਦੇ ਵਿੱਚ ਵੱਡਾ ਹੰਗਾਮਾ ਹੋ ਗਿਆ। ਮੀਟਿੰਗ ਦੇ ਹੰਗਾਮੇ ਤੋਂ ਬਾਅਦ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤੇ ਨਾਲ ਹੀ ਹੰਗਾਮੇ ਵਾਲੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਦੱਸ ਦਿੰਦੇ ਹਾਂ ਕਿ ਅੰਮ੍ਰਿਤਸਰ ਦੇ ਵਿੱਚ ਕਾਂਗਰਸ ਪਾਰਟੀ ਦਾ ਇੱਕ ਵੱਡਾ ਜਲੂਸ ਨਿਕਲ ਚੁੱਕਿਆ ਹੈ ਕਿਉਂਕਿ ਪਾਰਟੀ ਦੀ ਮੀਟਿੰਗ ਦੇ ਵਿੱਚ ਵੱਡਾ ਹੰਗਾਮਾ ਹੋਇਆ। ਦੱਸ ਦਿੰਦੇ ਹਾਂ ਤੇ ਨਾਲ ਹੀ ਤਸਵੀਰਾਂ ਵੀ ਤੁਹਾਨੂੰ ਅਸੀਂ ਵਿਖਾ ਦਿੰਦੇ ਹਾਂ। ਤਾਂ ਅੰਮ੍ਰਿਤਸਰ ਦੇ ਵਿੱਚ ਅੱਜ ਪੰਜਾਬ ਕਾਂਗਰਸ ਦੀ ਇੱਕ ਵੱਡੀ ਮੀਟਿੰਗ ਹੋ ਰਹੀ ਸੀ। ਕਾਂਗਰਸੀ ਵਰਕਰਾਂ 'ਚ ਇਸ ਦੌਰਾਨ ਜ਼ਬਰਦਸਤ ਹੰਗਾਮਾ ਹੋ ਗਿਆ। ਜਾਣਕਾਰੀ ਮਿਲੀ ਹੈ ਕਿ ਲੋਕ ਸਭਾ ਚੋਣਾਂ ਲਈ ਉਮੀਦਵਾਰ ਦੇ ਨਾਂ ਦੀ ਚਰਚਾ ਨੂੰ ਲੈ ਕੇ ਹੰਗਾਮਾ ਹੋਇਆ। ਇਸ ਦੌਰਾਨ ਸੰਸਦ ਮੈਂਬਰ ਗੁਰਜੀਤ ਔਜਲਾ ਤੇ ਓਪੀ ਸੋਨੀ ਦੇ ਸਮਰਥਕਾਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ। ਪੰਜਾਬ ਕਾਂਗਰਸ ਦੀ ਇਹ ਮੀਟਿੰਗ PPCC ਇੰਚਾਰਜ ਦਵਿੰਦਰ ਯਾਦਵ ਦੀ ਅਗਵਾਈ ਵਿੱਚ ਹੋ ਰਹੀ ਸੀ ਤੇ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਲੋਕ ਸਭਾ ਹਲਕੇ ਅਨੁਸਾਰ ਸ਼ੁਰੂ ਕੀਤੀ ਗਈ ਖੁੱਲ੍ਹੀ ਚਰਚਾ ਵਿੱਚ ਆਲ ਇੰਡੀਆ ਕਾਂਗਰਸ ਕਮੇਟੀ ਦੇ ਪੰਜਾਬ ਇੰਚਾਰਜ ਦਵਿੰਦਰ ਯਾਦਵ ਨੇ 9 ਵਿਧਾਨ ਸਭਾ ਹਲਕਿਆਂ ਦੇ ਵਰਕਰਾਂ ਦੀ ਰਾਏ ਲਈ ਸੀ ਅਤੇ ਵਰਕਰਾਂ ਨੇ ਜਿੱਥੇ ਜਥੇਬੰਦੀ ਦੀ ਮਜ਼ਬੂਤੀ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਉੱਥੇ ਹੀ ਆਗੂਆਂ ਨੂੰ ਵੀ ਇਕਜੁੱਟ ਹੋ ਕੇ ਵਰਕਰਾਂ ਦੇ ਦੁੱਖ ਸੁੱਖ ਵਿੱਚ ਸਾਥ ਦੇਣ ਦੀ ਅਪੀਲ ਕੀਤੀ ਤੇ ਉਹ ਜਦੋਂ ਸ਼੍ਰੀ ਰਾਮ ਜਨਮ ਭੂਮੀ ਲਹਿਰ ਦੇ ਮੱਦੇਨਜ਼ਰ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਕਿਸੇ ਹਿੰਦੂਚਾਰੇ ਨੂੰ ਟਿਕਟ ਦੇਣ ਦੀ ਗੱਲ ਕਰ ਰਹੇ ਸੀ ਤਾਂ ਇਸ ਦੇ ਵਿਰੋਧ ਦੇ ਵਿੱਚ ਨਾਅਰੇਬਾਜ਼ੀ ਸ਼ੁਰੂ ਹੋ ਗਈ। ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਵਰਕਰਾਂ ਨੂੰ ਸਮਝਾਇਆ ਤੇ ਉਸ ਤੋਂ ਬਾਅਦ ਹੀ ਚਰਚਾ ਅੱਗੇ ਵੱਧ ਸਕੀ। ਦੂਜੇ ਪਾਸੇ ਅੰਮ੍ਰਿਤਸਰ ਪੁੱਜੇ ਦਵਿੰਦਰ ਯਾਦਵ ਨੇ ਕਿਹਾ ਕਿ ਪੰਜਾਬ ਦੇ ਵਿੱਚ ਪਾਰਟੀ ਵਿੱਚ ਅਨੁਸ਼ਾਸਨਹੀਣਤਾ ਲਈ ਕੋਈ ਥਾਂ ਨਹੀਂ ਹੈ। ਜੋ ਵੀ ਅਜਿਹਾ ਕਰੇਗਾ ਉਸ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਅਸੀਂ ਖੁੱਲ੍ਹੀ ਚਰਚਾ ਮੰਚ ਦੇ ਤਹਿਤ ਲੋਕ ਸਭਾ ਚੋਣਾਂ ਸੰਬੰਧੀ ਆਪਣੇ ਵਰਕਰਾਂ ਦੀ ਰਾਏ ਲੈ ਰਹੇ ਹਾਂ ਅਤੇ ਹੁਣ ਤੱਕ ਕਈ ਚੰਗੇ ਸੁਝਾਅ ਵੀ ਸਾਹਮਣੇ ਆਏ। ਦੱਸ ਦਿੰਦੇ ਹਾਂ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਅੰਮ੍ਰਿਤਸਰ ਕਾਂਗਰਸ ਦੇ ਦਿਹਾਤੀ ਦਫ਼ਤਰ ਵਿਖੇ ਸੂਬਾ ਇੰਚਾਰਜ ਦਵਿੰਦਰ ਯਾਦਵ ਅਤੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਵੱਲੋਂ ਰੱਖੀ ਮੀਟਿੰਗ ਦੇ ਵਿੱਚ ਮੌਜੂਦਾ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਅਤੇ ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਦੇ ਸਮਰਥਕਾਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ। ਹੰਗਾਮੇ ਨੂੰ ਦੇਖ ਕੇ ਗੁਰਜੀਤ ਸਿੰਘ ਔਜਲਾ ਅਤੇ ਹੋਰਨਾਂ ਆਗੂਆਂ ਵੱਲੋਂ ਕਾਂਗਰਸੀ ਵਰਕਰਾਂ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ। ਦਰਅਸਲ ਇਹ ਮੀਟਿੰਗ ਸੂਬਾ ਇੰਚਾਰਜ ਦਵਿੰਦਰ ਯਾਦਵ ਵੱਲੋਂ ਵਰਕਰਾਂ ਦੇ ਨਾਲ ਅੰਮ੍ਰਿਤਸਰ ਕਾਂਗਰਸ ਦੇ ਦਿਹਾਤੀ ਦਫ਼ਤਰ ਵਿਖੇ ਰੱਖੀ ਗਈ ਸੀ। ਵੱਡੇ ਪੱਧਰ ਤੇ ਕਾਂਗਰਸੀ ਵਰਕਰ ਤੇ ਆਗੂ ਇਸ ਵਿੱਚ ਸ਼ਾਮਿਲ ਸਨ। ਆਓ ਦੱਸਦੇ ਹਾਂ ਕਿ ਇਸ ਪੂਰੇ ਮਾਮਲੇ ਵਿੱਚ ਰਾਜਵੜਿੰਗ ਅਤੇ ਬਾਕੀ ਸਭ ਦਾ ਕੀ ਕਹਿਣਾ। ਸਾਥੀ ਨੇ ਜਾਣੀ ਕਿ ਕਮਿਟਡ ਜਿਹਨਾਂ ਕੋਲ ਅਹੁਦੇ ਨੇ ਉਹਨਾਂ ਨੂੰ ਅਸੀਂ ਮਜ਼ਬੂਤੀ ਦੇ ਨਾਲ 2024 ਦੇ ਵਾਸਤੇ ਪਿੱਛੇ ਕਰ ਲਓ ਆਈਡੀਆ ਨਾ ਕਰੋ ਮੂੰਹ ਚੋਂ ਕਿਹੜਾ ਗਾਇਬ ਲੱਗਦਾ। ਮੀਟਿੰਗ ਸਾਹਿਬ ਇਹਦੇ ਨਾਲ ਨਵਜੋਤ ਸਿੰਘ ਸਿੱਧੂ ਨਹੀਂ ਖਾਸ ਨਜ਼ਰ ਆ ਰਿਹਾ ਅੱਜ ਦੀ ਮੀਟਿੰਗ। ਸਿੱਧੂ ਸਾਹਿਬ ਨਹੀਂ ਨਜ਼ਰ ਆ ਰਹੀ ਅੱਜ ਜਿਹੜੀ ਗੱਲ ਮੈਂ ਰੱਖੀ ਆ ਕਾਂਗਰਸ ਹਾਈਕਮਾਂਡ ਅੱਗੇ, ਮੈਂ 2 ਮੁੱਖ ਮੰਗਾਂ ਰੱਖੀਆਂ ਸੀ ਕਿਉਂਕਿ ਮੈਂ 2 ਮੁੱਖ ਮੰਗਾਂ ਇਹ ਰੱਖਿਆ ਕਿ 2 ਮੁੱਖ ਮੰਗਾਂ ਮੈਂ ਇਹ ਰੱਖੀਆਂ ਕਿ ਆਉਣ ਵਾਲੀ ਜਿਹੜੀ ਇਲੈਕਸ਼ਨ ਹੈ ਮੈਂਬਰ ਪਾਰਲੀਮੈਂਟ ਦੀ, ਅਸੀਂ ਕਾਂਗਰਸ ਪਾਰਟੀ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਨਾਲ ਗੜਚੜ ਤੋਂ ਪਰਹੇਜ਼ ਕਰੇ ਕਿਉਂਕਿ ਅੱਜ ਬੜੀ ਵੱਡੀ ਐਂਟੀ ਕਮੇਸੀ 2.5 ਸਾਲਾਂ ਵਿੱਚ ਆਮ ਆਦਮੀ ਪਾਰਟੀ ਦੇ ਖਿਲਾਫ਼ ਪੰਜਾਬ ਵਿੱਚ ਚੱਲ ਰਹੀ ਹੈ ਅਤੇ ਮੈਂ ਯਾਦਵ ਜੀ ਨੂੰ ਬੇਨਤੀ ਕੀਤੀ ਕਿ ਅਸੀਂ ਆਮ ਆਦਮੀ ਪਾਰਟੀ ਨਾਲ ਗੜਚੜ ਤੋਂ ਪਰਹੇਜ਼ ਕਰੀਏ ਕਿਉਂਕਿ ਅੱਜ ਬਹੁਤ ਵੱਡਾ ਜਿਹੜਾ ਆਕਰੋਸ਼ ਹੈ, ਇੱਕ ਆਕਰੋਸ਼ ਦੀ ਲਹਿਰ ਜਿਹੜੀ ਪੰਜਾਬ ਦੀ ਜਨਤਾ 'ਚ ਹੈ ਉਹਦਾ ਖਮਿਆਜ਼ਾ ਸਾਨੂੰ ਇਹਨਾਂ ਨਾਲ ਭਾਈਵਾਲੀ ਦੇ ਰੂਪ ਵਿੱਚ ਭੁਗਤਣਾ ਪੈ ਰਿਹਾ। ਔਰ ਅਗਰ 2.5 ਸਾਲਾਂ ਬਾਅਦ 2027 'ਚ ਜਦੋਂ ਅਸੀਂ ਜਨਤਾ ਦੀ ਕਚਹਿਰੀ 'ਚ ਆਵਾਂਗੇ ਅਤੇ ਇਹਨਾਂ ਦੀ ਐਂਟੀ ਇੰਕਮੈਂਸੀ
ਔਰ ਜਿੰਨਾ ਲੋਕਾਂ ਦਾ ਆਕਰੋਸ਼ ਜਾਂ ਲੋਕਾਂ ਦਾ ਵਿਦਰੋਹ ਇੰਨਾ ਖਰਾਬ ਚੱਲ ਰਿਹਾ ਉਹ ਸਾਨੂੰ 2027 ਦੀ ਚੀਜ਼ ਵਿਧਾਨ ਸਭਾ ਇਲੈਕਸ਼ਨ 'ਚ ਭੁਗਤਣਾ ਪੈ ਸਕਦਾ। ਸੋ ਮੈਂ ਬੇਨਤੀ ਕੀਤੀ ਕਿ ਅਗਰ ਪੰਜਾਬ 'ਚ 13 ਦੀਆਂ 13 ਸੀਟਾਂ 'ਤੇ ਕਾਂਗਰਸ ਪਾਰਟੀ ਇਕੱਲਿਆਂ ਲੜਦੀ ਆ ਤਾਂ ਮੈਨੂੰ ਯਕੀਨ ਆ ਉਹ 'ਚ ਵੀ 8-10 ਸੀਟਾਂ 'ਤੇ ਅਸੀਂ ਜੇਤੂ ਹੋਵਾਂਗੇ ਔਰ 7-7 ਅਗਰ ਕਿੱਥੇ 'ਤੇ ਆਪਾਂ ਇਹਨਾਂ ਨਾਲ ਖਲੋ ਕੇ ਭਾਈਵਾਲੀ ਕਰਦੇ ਹਾਂ ਅਤੇ ਉਹਦਾ ਕਿਤੇ ਵੀ ਨਿਤਾਰਾ ਨਹੀਂ ਆਇਆ। ਇਹੋ ਬੇਨਤੀ ਮੈਂ ਉਹਨਾਂ ਦੇ ਅੱਗੇ ਰੱਖੀ। ਪਰ ਤੁਸੀਂ ਓਪੀ ਸੋਨੀ ਦੇ ਨਾਮ ਨੂੰ ਵੀ ਰਿਕਮੈਂਡ ਕੀਤਾ ਕਿ ਉਹਨਾਂ ਮੈਂ ਕਿਸੇ ਲੀਡਰ ਦੇ ਨਾਮ ਨੂੰ ਰਿਕਮੈਂਡ ਨਹੀਂ ਕੀਤਾ ਰਜੀਵ ਜੀ। ਮੈਂ ਖੁੱਲ੍ਹੀ ਚਰਚਾ ਸੀ, ਵੇਖੋ ਅੱਜ ਜੋ ਮਾਹੌਲ ਭਾਰਤ ਵਿੱਚ ਬਣ ਰਿਹਾ ਜਾਂ ਭਾਰਤ ਵਿੱਚ ਬਣਿਆ, ਕਾਂਗਰਸ ਪਾਰਟੀ ਬੇਸ਼ੱਕ ਇੱਕ ਸੈਕੂਲਰ ਪਾਰਟੀ ਹੈ, ਮੈਂ 30 ਸਾਲ ਤੋਂ ਪਾਰਟੀ ਨਾਲ ਜੁੜਿਆ, ਅੱਜ ਪਾਰਟੀ ਯੂਥ ਕਾਂਗਰਸ ਤੋਂ ਲੈ ਕੇ 1997 ਤੋਂ ਲੈ ਕੇ ਅੱਜ ਮੈਂ ਫੈਸਲਾਬਾਦ ਕਹਿੰਦੇ ਵੀ ਨਜ਼ਰ ਆਏ ਕਿ ਅਸੀਂ ਸੈਕੂਲਰ ਹਾਂ। ਬਿਲਕੁਲ ਜੀ, ਮੈਂ ਖੁਦ ਕਹਿਣ ਦੀ ਲੋੜ ਪਈ, ਮੈਂ ਖੁਦ ਹੀ ਸੈਕੂਲਰ, ਲੇਕਿਨ ਮੈਂ ਪ੍ਰੈਸ ਦੇ ਮਾਧਿਅਮ ਰਾਹੀਂ ਤੁਹਾਨੂੰ ਆ ਚਾਹੁੰਦਾ, ਤੁਸੀਂ ਤੇ ਮੇਰੇ ਆਪ ਰਾਜ ਦੀ ਗੱਲ, ਅੱਜ ਪੂਰੇ ਭਾਰਤ ਵਿੱਚ ਰਾਮ ਮੰਦਿਰ ਅਯੋਧਿਆ ਸਾਡੇ ਰਾਮ ਲੱਲਾ ਜੀ ਦਾ ਮੰਦਿਰ ਬਣ ਰਿਹਾ ਔਰ ਪੂਰੇ ਭਾਰਤ ਵਿੱਚ, ਇਹਦੇ 'ਚ ਇਹ ਨਹੀਂ ਕਿ ਦੇਖੋ ਮੈਂ ਇੱਕ ਸਿੱਖ ਪਰਿਵਾਰ ਨਾਲ, ਲੇਕਿਨ ਇੱਕ ਹਿੰਦੂ ਜਿੰਨੀ ਸ਼ਰਧਾ ਇੱਕ ਹਿੰਦੂ ਪਰਿਵਾਰ ਨੂੰ, ਉਸ ਤੋਂ ਵੱਧ ਸ਼ਰਧਾ ਨਾਲ ਮੈਂ ਇਸ ਧਿਆਨ ਨੂੰ ਮਰਵਾਇਆ ਅਤੇ ਅੱਜ ਤੱਕ ਮਨਾ ਰਹੇ ਹਾਂ। ਉਹਦੇ ਬਾਵਜੂਦ ਮੈਂ ਆਪਣੀ ਭਾਵਨਾ ਰੱਖੀ ਕਿ ਅੱਜ ਇੱਕ ਸਿੱਖ ਹੋਣ ਦੇ ਨਾਤੇ ਮੈਂ ਆਪਣੀ ਭਾਵਨਾ ਰੱਖੀ ਕਿ ਅੱਜ ਪੂਰੇ ਭਾਰਤ ਵਿੱਚ, ਪੂਰਤ ਭਾਰਤ ਵਿੱਚ ਗੱਲ ਨਹੀਂ ਕਰਾਂ ਮੈਂ, ਪੂਰੀ ਦੁਨੀਆ ਵਿੱਚ ਰਾਮ ਲੱਲਾ ਜੀ ਦਾ ਅਯੋਧਿਆ ਮੰਦਿਰ ਦਾ ਨਿਰਮਾਣ ਹੋ ਰਿਹਾ, ਪੂਰਾ ਇਤਿਹਾਸ ਬੜੀ ਸ਼ਰਧਾ ਨਾਲ ਮਜ਼ਾਰ ਬੜਿਆ ਔਰ ਜੇਕਰ ਭਾਰਤੀ ਜਨਤਾ ਪਾਰਟੀ ਕਿਤੇ ਨਾ ਕਿਤੇ ਇਹ ਚੀਜ਼ਾਂ ਨੂੰ ਧਿਆਨ ਵਿੱਚ ਰੱਖ ਸਕਦਾ ਕਿ ਅੱਜ ਕਿਹੜਾ ਮਾਹੌਲ ਚੱਲ ਰਿਹਾ, ਕਿਸ ਤਰ੍ਹਾਂ ਦੀ ਲੋਕਾਂ ਵਿੱਚ ਇਹ ਮੈਸੇਜ ਜਾਵੇ ਕਿ ਅੱਜ ਅਤੇ ਉਹਦੇ ਹਿਸਾਬ ਨਾਲ ਕਿਹੜਾ ਕੈਂਡੀਡੇਟ ਉਤਾਰੇ ਜਾਏ, ਉਹ ਹੀ ਮੇਰੇ ਮਨ 'ਚ ਜੋ ਮਨਸ਼ਾ ਆਈ ਮੈਂ ਕਾਂਗਰਸ ਹਾਈ ਕਮਾਂਡ ਜਾਂ ਯਾਦਵ ਜੀ ਅੱਗੇ ਅਤੇ ਉਹਨਾਂ ਦੇ ਮਿਲਾ ਕੇ ਤੁਹਾਡੇ ਕਹਿਣ ਦਾ ਫਿਰ ਮਤਲਬ ਇਹੀ ਸੀ ਨਾ ਕਿ ਅੰਮ੍ਰਿਤਸਰ ਤੋਂ ਕਿਸੇ ਹਿੰਦੂ ਕੈਂਡੀਡੇਟ? ਬਿਲਕੁਲ ਜੀ, ਮੈਂ ਗੱਲ ਕੀਤੀ ਬੇਸ਼ੱਕ, ਬਿਲਕੁਲ ਖੁੱਲ੍ਹੇ ਮੰਚ 'ਤੇ ਉਹ ਸਾਰੇ ਬੜੇ ਪੰਡਾਲ 'ਚ ਮੈਂ ਗੱਲ ਕੀਤੀ ਕਿ ਜੇਕਰ ਅੱਜ ਦੇ ਮਾਹੌਲ ਵਿੱਚ ਜੋ ਅੱਜ ਭਾਰਤ ਵਿੱਚ ਲਹਿਰ ਚੱਲ ਰਹੀ ਹੈ, ਅਗਰ ਕਿਸੇ ਹਿੰਦੂ ਕੈਂਡੀਡੇਟ ਨੂੰ ਇੱਥੋਂ ਅੰਮ੍ਰਿਤਸਰ ਟਿਕਟ ਦਿੱਤੀ ਜਾਂਦੀ ਹੈ ਤਾਂ ਹੋ ਸਕਦਾ ਉਹ ਵੱਡੇ ਮਾਰਜਨ ਨਾਲ ਇੱਥੋਂ ਜਿੱਤੇ। ਦੇਖੋ ਪਿੰਡਾਂ ਦੀ ਜੀ, ਦੇਖੋ ਮੈਂ ਇੱਕ ਨਿਮਾਣਾ ਜਿਹਾ ਵਰਕਰ ਹਾਂ, ਮੇਰੇ ਮਨ ਦੀ ਜੋ ਮੰਸ਼ਾ ਸੀ, ਦੇਖੋ ਮੈਂ ਇੱਕ ਨਿਮਾਣਾ ਜਿਹਾ ਵਰਕਰ, ਮੇਰੇ ਮਨ ਦੀ ਮੰਸ਼ਾ ਸੀ ਜੋ ਮੈਂ ਉਹਦੀ, ਹੋ ਸਕਦਾ ਕਿਸੇ ਨੂੰ ਗੱਲ ਮੇਰੀ ਚੰਗੀ ਲੱਗੇ ਕਿਸੇ ਨੂੰ ਨਾ ਲੱਗੇ, ਇਹ ਤਾਂ ਵੇਖੋ ਕਿਸੇ ਵੀ ਜੇਕਰ ਹੋ ਸਕਦਾ ਯਾਦਵ ਜੀ ਸਟੇਜ ਤੋਂ ਕੋਈ ਗੱਲ ਕਰਨ, ਉਹ ਵੀ ਹੋ ਸਕਦਾ ਕਿਸੇ ਲੀਡਰ ਨੂੰ ਚੰਗੀ ਨਾ ਲੱਗੇ, ਕਿਸੇ ਸੀਨੀਅਰ ਲੀਡਰ ਨਾਲ ਚੰਗੀ ਲੱਗੇ, ਕਿਸੇ ਵਰਕਰ ਨਾਲ ਚੰਗੀ, ਲੇਕਿਨ ਮੇਰੇ ਮਨ ਦੀ ਜੋ ਭਾਵਨਾ ਸੀ ਉਹ ਮੈਂ ਤੁਹਾਡੀ ਗੱਲ ਕਿਤੇ ਚੁੱਭੀ ਅੰਦਰ ਨਹੀਂ ਚੁੱਭੀ ਨਹੀਂ, ਵੇਖੋ ਹੋ ਸਕਦਾ ਮੈਂ ਕਹਿ ਰਿਹਾ ਵੀ ਹੋ ਸਕਦਾ ਕਿਸੇ ਦੇ ਕੋਈ ਸਮਰਥਕ ਹੋਣ, ਮੈਂ ਕਿਸੇ ਮੈਂ ਬਗੈਰ ਕਿਸੇ ਲੀਡਰ ਤੋਂ ਬਗੈਰ ਕਿਸੇ ਨਾਂ ਲਿਆ ਤੋਂ ਇਸ ਗੱਲ ਤੋਂ ਗੁਰੇਜ਼ ਕੀਤਾ, ਨਾ ਮੈਂ ਕਿਸੇ ਲੀਡਰ ਦੀ ਪੈਰਵੀ ਕੀਤੀ ਔਰ ਨਾ ਮੈਂ ਕਿਸੇ ਲੀਡਰ ਦੀ ਗੱਲ ਕੀਤੀ। ਜੋ ਮੌਜੂਦਾ ਮਾਹੌਲ ਦੇ ਬਿਲਕੁਲ ਹਿੰਦੂ ਕੈਂਡੀਡੇਟ, ਮੈਂ ਦੇਖੋ ਉਹਨਾਂ ਖੁੱਲ੍ਹੀ ਚਰਚਾ 'ਚ ਮਾਹੌਲ ਦੇ ਅਨੁਸਾਰ ਉਹਨਾਂ ਨੇ ਸਾਡੇ ਕੋਲ ਇੱਕ ਦੱਸਿਆ ਕਿ ਤੁਸੀਂ ਦੱਸੋ ਕਿ ਮੈਂ ਇੱਕ ਮੇਰੇ ਕੋਲ ਮੌਜੂਦਾ ਪਾਰਟੀ ਤੋਂ। ਮੀਟਿੰਗ ਦਾ ਏਜੰਡਾ ਕਲੀਅਰ ਹੈ, ਜੈਸਾ ਕਿ ਆਪ ਮਾਲੂਮ ਹੈ ਮੈਂ ਜਬ ਸੇ ਇੰਚਾਰਜ ਪੰਜਾਬ ਬਣਾ ਹੂੰ ਤਬ ਸੇ ਮੇਰੀ ਇਹ ਕੋਸ਼ਿਸ਼ ਹੈ ਕਿ ਹਮਾਰੇ ਜੋ ਕਾਰਯਕਰਤਾ ਹੈ, ਹਮਾਰੇ ਲੀਡਰਸ ਹੈ, ਹਮ ਉਨਸੇ ਮਿਲ ਸਕੇ, ਉਨਸੇ ਬਾਤ ਕਰ ਸਕੇ, ਉਨਸੇ ਚਰਚਾ ਕਰ ਸਕੇ, ਕਿਆ ਕਿਆ ਸਮੱਸਿਆ ਹੈ ਵੋ ਦੇਖਤੇ ਹੈ, ਕਿਆ ਕਿਆ ਹਮਾਰੇ ਜੋ ਚੈਲੇਂਜਿਸ ਹੈ ਵੋ ਹਮਾਰੇ ਸਾਹਮਣੇ ਕਿਆ ਹੈ, ਔਰ ਉਸਮੇ ਜੋ ਹਮਾਰੇ ਕਾਰਯਕਰਤਾ ਹੈ, ਚਾਹੇ ਵੋ ਬੂਥ ਕੇ ਲੈਵਲ ਕਾ ਹੈ, ਚਾਹੇ ਵੋ ਹਮਾਰੇ ਮੰਡਲ ਕੇ ਲੈਵਲ ਕਾ ਹੈ, ਉਨ ਸਭੀ ਕੇ ਹਮ ਸੁਝਾਵ ਲੈ ਰਹੇ ਹੈ ਇਸ ਦੌਰਾਨ, ਤੋ ਬਹੁਤ ਅੱਛੇ ਸੁਝਾਵ ਮੁਝੇ ਪਿਛਲੀ ਜੋ ਮੀਟਿੰਗ 6 ਹਮਨੇ ਅਭੀ ਤੱਕ ਹਰ ਪਾਰਲੀਮੈਂਟ ਮੇਂ ਕੀ ਹੈਂ, ਬਹੁਤ ਅੱਛੇ ਸੁਝਾਵ ਆਏ ਹੈ, ਔਰ ਮੁਝੇ ਲਗਤਾ ਹੈ ਕਿ ਹਮਾਰੀ ਜੋ ਯਹਾਂ ਪਰ ਆਰਗੇਨਾਈਜੇਸ਼ਨ ਹੈ ਵੋ ਬਹੁਤ ਮਜ਼ਬੂਤੀ ਕੇ ਸਾਥ ਆਪਣਾ ਕਾਮ ਕਰ ਰਹੀ ਹੈ। ਨਹੀਂ ਨਹੀਂ, ਰਾਜਾ ਵੜਿੰਗ ਜੀ ਵੀ ਆ ਰਹੇ ਹੈ, ਦੋ ਦਿਨ ਜ਼ਰੂਰ ਉਨਕੋ ਤਬੀਅਤ ਖਰਾਬ ਹੋਣੇ ਕੀ ਵਜ੍ਹਾ ਸੇ ਵੋ ਨਹੀਂ ਪਹੁੰਚ ਪਾਏ ਥੇ, ਲੇਕਿਨ ਰਾਜਾ ਵੜਿੰਗ ਜੀ ਹੈ ਯਾ ਬਾਜਵਾ ਜੀ ਹੈ ਯਾ ਹਮਾਰੇ ਜਿਤਨੇ ਵੀ ਸੀਨੀਅਰ ਲੀਡਰਸ ਹੈ, ਐਮਪੀ ਕੇ ਐਮਪੀ ਕਾ ਜੋ ਉਮੀਦਵਾਰ ਹੋਗਾ ਉਸਕੇ ਲੀਏ ਵੀ ਚਰਚਾ ਹੋਗੀ ਇਸ ਪੇ? ਅਭੀ ਨਹੀਂ, ਯੇ ਸਿਰਫ ਹਮਾਰਾ ਹਮਾਰੇ ਸੰਗਠਨ ਕੋ ਕੈਸੇ ਮਜ਼ਬੂਤ ਕੀਆ ਜਾ ਸਕਤਾ ਹੈ,
संगठन क्या क्या चैलेंजेस देखता है उस बारे में चर्चा रहे। हाँ निश्चित ही, चाहे कोई भी हो उसके खिलाफ नहीं, अभी तक की मीटिंग्स में उनको इनवाइट नहीं था, आज का जरूर उनको मैसेज गया होगा। लेकिन और साढ़े ब्लॉकों के प्रधान, साढ़े जिहड़े मंडलों के प्रधान है, उन्हां दी अज मीटिंग है। और साढ़े प्रभारी दविंदर यादव जी, राजा वड़िंग जी और CLP के लीडर प्रताप बाजवा जी, वो अज इत्थे आ रहे हैं और उन्हां दी मीटिंग है। और क्योंकि ये जिहड़ी मीटिंग है ये परसनली फीडबैक लैन वास्ते, जिहड़ा वर्कर है उन्हां दे कोलों फीडबैक लैन वास्ते उन्होंने मीटिंग बुलाई है। शायद इस गल वास्ते मेरे मित्र जिहड़े तुसी सारे साथी हो, और तुहानू इस गल दा ऑब्जेक्शन है कि तुहानू उन्होंने अलाउ नहीं करते पे, लेकिन यह है कि तुहानू प्रोपर इन्हां नाल इंटरैक्शन करन दा मौका जरूर मिलेगा। मेरी तुहानू हाथ जोड़ के बेनती है कि फिलहाल क्योंकि अजे परसनल पार्टी दे कन्फीडेंशियल मीटिंग हैगी है, इसलिए मैं तुहानू बेनती करांगा सारे साथियों नू कि थोड़ी जी पेशेंस रखो और तुहानू बिल्कुल प्रोपर इज्जत मान सम्मान दे नाल मौका मिलेगा। ਬਈ ਸਾਰੇ ਰੁੱਸਿਆਂ ਨੂੰ ਮਨਾਇਆ ਜਾਏਗਾ, ਇਸ ਗੱਲ 'ਚ ਕੋਈ ਸ਼ੱਕ ਹੈ ਹੀ ਨਹੀਂ ਕਿ ਰੁੱਸਿਆਂ ਨੂੰ ਵੀ ਮਨਾਇਆ ਜਾਏਗਾ ਔਰ ਜਿਹੜੇ ਮੰਨੇ ਹੋਏ ਆ ਉਹਨੂੰ ਤਗੜਿਆਂ ਕਰਕੇ ਵੀ ਚਲਾਇਆ ਜਾਏਗਾ, ਇਹ ਸਾਰਾ ਕੁਝ ਚੱਲੇਗਾ। ਡਾਕਟਰ ਸਾਹਿਬ ਜਿਹੜੇ ਨਿੱਜੀ ਵਿਚਾਰ ਦਿੰਦੇ ਆ ਉਹਨਾਂ ਦਾ ਫਿਰ ਕੀ ਕੀਤਾ ਜਾਵੇ? ਕੋਈ ਗੱਲ ਨਹੀਂ ਨਾ, ਉਹ ਨਿੱਜੀ ਵਿਚਾਰਾਂ 'ਤੇ ਵੀ ਵਿਚਾਰ ਹੋ ਰਿਹਾ। ਮੈਂ ਤੁਹਾਨੂੰ ਇਹ ਗੱਲ ਕਹੀ ਹੈ ਕਿ ਹਰ ਗੱਲ 'ਤੇ ਕਾਂਗਰਸ ਹਾਈਕਮਾਨ ਦੀ ਨਿਗਾਹ ਹੈ, ਹਰ ਚੀਜ਼ ਨੂੰ ਕਾਂਗਰਸ ਹਾਈਕਮਾਨ ਦੇਖ ਰਹੀ ਹੈ। ਜਦੋਂ ਕਾਂਗਰਸ ਹਾਈਕਮਾਨ ਦੇਖ ਰਹੀ ਹੈ ਤਾਂ ਮੈਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਸਾਨੂੰ ਵੇਟ ਕਰਨੀ ਚਾਹੀਦੀ ਹੈ ਥੋੜ੍ਹੀ ਜਿਹੀ, ਔਰ ਤੁਸੀਂ ਦੇਖੋਗੇ ਕਿ ਇਹ ਸਾਰਾ ਕੁਝ ਠੀਕ ਹੋ ਜਾਏਗਾ। ਪੰਜਾਬ ਗਵਰਨਰ ਨੇ ਚਿੰਤਾ ਜਤਾਈ ਹੈ ਕਿ ਨਸ਼ਾ ਬਹੁਤ ਜ਼ਿਆਦਾ ਵੱਧ ਗਿਆ, ਮੈਂ ਆਪ ਆ ਕੇ ਸਰਹੱਦੀ ਇਲਾਕਾ ਦਾ ਦੌਰਾ ਕਰਦਾ। ਬਈ ਭਗਵੰਤ ਮਾਨ ਜੀ ਉਹਨਾਂ ਦੇ ਕੋਲ ਗਏ ਸੀ, ਉਹਨਾਂ ਦੇ ਗੋਡੀ ਹੱਥ ਵੀ ਲਾਇਆ ਅਤੇ ਉਹਨਾਂ ਨੇ ਜੱਫੀ ਵੀ ਪਾਈ। ਉਸ ਵਕਤ ਮੈਨੂੰ ਲੱਗਦਾ ਸੀ ਕਿ ਭਗਵੰਤ ਮਾਨ ਨੂੰ ਕਮਰੇ 'ਚ ਬੁਲਾ ਕੇ ਅਤੇ ਉਹਨਾਂ ਨੂੰ ਸਮਝਾਉਣਾ ਚਾਹੀਦਾ ਹੈ, ਅਤੇ ਭਗਵੰਤ ਮਾਨ ਜੀ ਬਜਾਏ ਪੰਜਾਬ ਦੇ ਵਿੱਚ ਸੀਰੀਅਸ ਹੋਣ ਦੀ ਬਜਾਏ ਮੈਂ ਦੇਖ ਰਿਹਾ ਕਿ ਭਗਵੰਤ ਮਾਨ ਉੱਥੇ ਕਦੀ ਮਿਰਜ਼ਾ ਗਾ ਰਹੇ ਆ, ਕਦੀ ਸੱਸੂ ਪੁੰਨੂ ਗਾ ਰਹੇ ਆ ਔਰ ਹੇਕਾਂ ਲਾ ਰਹੇ ਆ, ਲੇਕਿਨ ਮੈਂ ਸਮਝਣਾ ਕਿ ਉਹ ਸੀਰੀਅਸ ਨਹੀਂ। ਪਾਰਟੀ ਦੇ ਵਿੱਚ ਟਿਕਟ ਮੰਗਣ ਦਾ ਹੱਕ ਹਰ ਕਿਸੇ ਦਾ ਵਾ, ਕੋਈ ਵੀ ਟਿਕਟ ਮੰਗੇ। ਡਾਕਟਰ ਸਰਬਜੀਤ ਸਿੰਘ ਸੋਨੂੰ ਜੰਡਿਆਲਾ OBC ਦਾ ਵਰਕਿੰਗ ਪ੍ਰਧਾਨ ਹਾਂ ਮੈਂ, ਟਿਕਟ ਕੋਈ ਵੀ ਮੰਗੇ ਹਰ ਬੰਦੇ ਦਾ ਰਾਈਟ ਆ, ਪਰ ਇੱਕ ਉੱਠ ਕੇ ਕਹਿ ਦੇਣਾ ਵੀ ਇੱਕ ਹਿੰਦੂ ਬੰਦੇ ਨੂੰ ਟਿਕਟ ਦਿੱਤੀ ਜਾਵੇ, ਭਾਅ ਜੀ ਹਿੰਦੂ ਸਿੱਖ ਮੁਸਲਿਮ ਇਸਾਈ ਇਹ ਕਿੱਥੋਂ ਦੀ ਗੱਲ ਹੈ, ਸਾਰੇ ਭਰਾ ਵਾਂ ਅਸੀਂ, ਇਹ ਗੁਰੂ ਰਾਮਦਾਸ ਦੀ ਨਗਰੀ ਆ, ਪੂਰੇ ਵਰਲਡ ਦੇ ਵਿੱਚ ਅਸੀਂ ਜਾਣੇ ਜਾਂਦੇ ਆਪਸੀ ਭਾਈਚਾਰਕ ਸਾਂਝਣਾ। ਅਤੇ ਇੱਕ ਵੀਰ ਉੱਠਦਾ ਵਾ ਅਤੇ ਉਹ ਕਹਿ ਦਿੰਦਾ ਇੱਕ ਹਿੰਦੂ ਬੰਦੇ ਨੂੰ ਸ਼ਰਾਰਤੀ, ਇਹ ਸ਼ਰਾਰਤੀ ਆ ਨਾ, ਦੱਸੋ ਜਿਹੜਾ ਪਹਿਲਾਂ MP ਆ ਕੀ ਉਹ ਮਾੜਾ ਕਿਹੜੇ ਬੰਨੇ ਹੋ, ਉਹਦੇ ਸਿਰ 'ਤੇ ਪੱਗ ਹੈ ਕਸੂਰ ਆ ਉਹਦਾ, ਇਹ ਲੋਕ ਉਦੋਂ ਕਿੱਥੇ ਹੁੰਦੇ ਆ, ਕਦੀ ਦਲਿਤ ਬੱਚੀ ਨਾਲ ਧੱਕਾ ਹੋਇਆ ਉਦੋਂ ਕਦੀ ਬੋਲੇ, ਕਦੀ ਗੁਰੂ ਨਗਰੀ ਦਾ ਕੋਈ ਕੰਮ ਹੋਇਆ ਕਦੀ ਇਹ ਬੋਲੇ, ਇਹ ਕਿੱਥੋਂ ਦਾ ਜਾਇਜ਼ ਆ? ਬਿਲਕੁਲ ਮਾਹੌਲ ਖਰਾਬ ਕੀਤਾ ਗਿਆ ਜੀ। ਵਿਵਾਦ ਭਾਅ ਜੀ ਇਸ ਗੱਲ ਦਾ ਵਾ ਵੀ ਅਸੀਂ ਗੁਰੂ ਨਗਰੀ ਦੇ ਵਿੱਚ ਸਾਰੇ ਭਰਾ ਹਿੰਦੂ ਮੁਸਲਿਮ ਸਿੱਖ ਇਸਾਈ, ਸਾਡੀ ਕੋਈ ਜਾਤ ਨਹੀਂ, ਅਸੀਂ ਗੁਰੂ ਰਾਮਦਾਸ ਮਹਾਰਾਜ ਦੇ ਬੱਚੇ ਹਾਂ। ਇਹ ਵੀਰ ਆਣ ਕੇ ਉੱਥੇ ਉੱਠ ਕੇ ਕਹਿੰਦਾ ਜੀ ਇਹ ਟਿਕਟ ਇੱਕ ਹਿੰਦੂ ਨੂੰ ਦਿੱਤੀ ਜਾਵੇ, ਕੀ ਜਿਹੜਾ ਪਹਿਲਾਂ ਸਿੱਖ ਆ ਉਹ ਮਾੜਾ ਵਾ? ਕੀ ਸਾਡੇ ਨਾਲ ਇਹਨਾਂ ਨੂੰ ਪੁੱਛੋ ਵਜ੍ਹਾ ਕੀ ਆ? ਭਾਅ ਜੀ ਕਿਸੇ ਨੇ ਸਵਾਲ ਨਹੀਂ, ਕਾਂਗਰਸ ਪਾਰਟੀ ਸਾਰਿਆਂ ਨੂੰ ਨਾਲ ਲੈ ਕੇ ਚੱਲਦੀ, ਅਸੀਂ ਸਾਰੇ ਭਰਾ ਵਾਂ, ਕੋਈ ਕਿਸੇ ਦਾ ਵਿਰੋਧ ਨਹੀਂ ਕਰਦੇ, ਅਸੀਂ ਕਿਸੇ ਨੂੰ ਵੀ ਟਿਕਟ ਮੰਗਣ ਦਾ ਹੱਕ ਆ।
ਪਰ ਆਹ ਬਿਲਕੁਲ ਗਲਤ ਗੱਲ ਆ ਵੀ ਇੱਕ ਹਿੰਦੂ ਨੂੰ ਟਿਕਟ ਦਿੱਤੀ ਜਾਵੇ। ਅਸੀਂ ਇਹ ਵਿਚਾਰਧਾਰਾ ਬੀਜੇਪੀ ਦੀ ਆ, ਸਾਡੀ ਵਿਚਾਰਧਾਰਾ ਨਹੀਂ ਆ। ਇੱਥੇ ਹਿੰਦੂ ਮੁਸਲਿਮ ਸਿੱਖ ਇਸਾਈ ਕੋਈ ਨਹੀਂ, ਅਸੀਂ ਸਾਰੇ ਹੀ ਭਰਾ ਵਾਂ। ਦਵਿੰਦਰ ਯਾਦਵ ਜੀ ਦਾ ਕੋਈ ਪ੍ਰਤੀਕਰਮ ਆਇਆ? ਅਸੀਂ ਯਾਦਵ ਸਾਹਿਬ ਤੇ ਸਾਡੀਆਂ ਗੱਲਾਂ ਸੁਣਨਾ, ਇਹ ਗੱਲਾਂ ਤੇ ਉਹ ਸਾਡੀਆਂ ਸੁਣਨਾ ਵੀ ਤੁਸੀਂ ਸਮੱਸਿਆ ਦੱਸੋ ਵੀ ਸਾਨੂੰ ਕੀ ਕਰਨਾ ਚਾਹੀਦਾ। ਸਾਡੀਆਂ ਸਮੱਸਿਆ ਇਹ ਆ, OBC ਦੇ 27% ਜਿਹੜਾ ਵਾ ਸਾਡਾ, ਉਹ ਕੋਟਾ ਇੱਥੇ ਮਿਲਣਾ ਚਾਹੀਦਾ ਸਾਨੂੰ। ਜੋ ਦਲਿਤ ਬੱਚਿਆਂ ਨਾਲ ਧੱਕਾ ਹੋ ਰਿਹਾ ਉਹ ਮਿਲਣਾ ਚਾਹੀਦਾ, ਇੱਥੇ ਹੱਕ ਉਹਨਾਂ ਨੂੰ ਮਿਲਣਾ ਚਾਹੀਦਾ। ਜਿਹੜੀਆਂ ਸਕੋਲਰਸ਼ਿਪਾਂ ਲੋਕ ਖਾ ਗਏ ਉਹਨਾਂ ਦਾ ਨਿਆਏ ਮਿਲਣਾ ਚਾਹੀਦਾ। ਜੋ ਭਗਵੰਤ ਮਾਨ ਸਰਕਾਰ ਧੱਕਾ ਕਰਦੀ ਪਈ ਆ ਵਰਕਰਾਂ ਦੇ ਨਾਲ, ਉਹਨਾਂ ਦੀ ਦੁੱਖ ਸੁੱਖ ਸੁਣਨ ਦੇ ਲਈ ਉਹ ਆਏ ਆ, ਅਤੇ ਇਹਨਾਂ ਨੇ ਹੋਰ ਹੀ ਵਿਵਾਦ ਉੱਥੇ ਫਿਛੇੜ ਤੱਕ ਦੇ ਉੱਤੇ ਘਿਓ ਪਾਤਾ ਵੀ ਇੱਥੇ ਜੀ ਇੱਕ ਟਿਕਟ ਹਿੰਦੂ ਨੂੰ ਦਿੱਤੀ ਜਾਵੇ। ਦੱਸੋ, ਬਿਲਕੁਲ ਮਾਹੌਲ ਖਰਾਬ ਕੀਤਾ, ਕੋਈ ਨਹੀਂ ਬੇਫਜ਼ੂਲ ਗੱਲ ਆ, ਕੋਈ ਇਹਨਾਂ ਦੀ ਗੱਲ ਨਾਲ ਸਹਿਮਤ ਨਹੀਂ ਹੋਇਆ, ਸਿਰ 'ਤੇ ਪੱਗ ਬੰਨੀ ਇਹਨਾਂ ਨੇ, ਇਹੀ ਸ਼ਰਮ ਹੋਣੀ ਚਾਹੀਦੀ ਇਹਨਾਂ ਨੂੰ। ਗੁਰਜੀਤ ਔਜਲਾ ਜੀ, ਸਰ ਗੁਰਜੀਤ ਔਜਲਾ ਨਾ ਉਹ ਗੁਰੂ ਰਾਮਦਾਸ ਮਹਾਰਾਜ ਦੇ ਘਰ ਦਾ ਬੱਚਾ ਵਾ, ਨੀਵਾਂ ਹੋ ਕੇ ਚੱਲਦਾ, ਕਾਮ ਵਰਕਰ ਆ ਵਿਚਾਰਾ, ਉਹ ਗਰਾਊਂਡ ਲੈਵਲ ਤੋਂ ਕੌਂਸਲਰ ਲੈਵਲ ਤੋਂ ਉੱਠਿਆ ਵਾ, ਸਿਰ 'ਤੇ ਉਹਦੇ ਪੱਗ ਆ, ਪੂਰੇ ਦੇਸ਼ ਦੇ ਵਿੱਚ ਅੰਮ੍ਰਿਤਸਰ ਨੂੰ ਪ੍ਰਜੈਂਟ ਕਰਦਾ ਵਾ, ਅਤੇ ਮੈਂ ਤਨ ਮਨ ਦੇ ਨਾਲ ਉਹਦੇ ਨਾਲ ਆ, ਚਾਹੇ ਕੋਈ ਜੋ ਮਰਜ਼ੀ ਕਹੇ। ਕਾਰਨ ਕੀ ਆ? ਕਿਉਂਕਿ ਉਹ ਸਾਡੇ ਦੁੱਖ ਸੁੱਖ 'ਚ ਖਲੋਂਦਾ, ਮੈਂ ਕੋਈ ਇੰਨਾ ਭਗਤ ਨਹੀਂ ਕਿਸੇ ਦਾ, ਮੈਂ ਠੋਕ ਕੇ ਕਹਿੰਦਾ ਮੈਂ ਗੁਰਜੀਤ ਔਜਲੇ ਦੇ ਨਾਲ ਆ, ਮੇਰੇ 'ਤੇ ਜੇ ਕੋਈ ਇਹਨਾਂ ਕਾਰਵਾਈ ਕਰਾਉਣੀ ਹੈ ਕਰਾ ਸਕਦੇ ਆ, ਕਿਉਂਕਿ ਇਹਨਾਂ ਕੋਲ ਹੋਰ ਤਾਂ ਕੋਈ ਹੈ ਨਹੀਂ। ਜੇ ਉੱਥੇ ਜਾ ਕੇ ਅੱਗ ਲਾ ਸਕਦੇ ਤਾਂ ਅੰਦਰ ਖਾਤੇ ਹੋਰ ਵੀ ਕਹਿ ਸਕਦੇ ਆ। ਮੈਂ ਠੋਕ ਕੇ ਕਹਿੰਦਾ ਮੈਂ ਕੀ, ਗੁਰੂ ਨਗਰੀ ਦਾ ਇੱਕ ਇੱਕ ਸਿੱਖ, ਇੱਕ ਇੱਕ ਹਿੰਦੂ, ਇੱਕ ਇੱਕ ਮੁਸਲਮਾਨ, ਇੱਕ ਇੱਕ ਇਸਾਈ, ਅਸੀਂ ਸਾਰੇ ਔਜਲੇ ਦੀ ਆਵਾਜ਼ ਹਾਂ। ਸਿੱਧੇ ਤੌਰ 'ਤੇ ਇਸ ਗੱਲ ਦੀ ਮੰਗ ਕੀਤੀ ਗਈ ਕਿ ਗੁਰਜੀਤ ਔਜਲਾ ਨੂੰ ਛੱਡ ਕੇ ਕਿਸੇ ਹੋਰ ਨੂੰ ਟਿਕਟ ਦਿੱਤੀ ਜਾਵੇ। ਭਾਜੀ ਕਿਉਂ ਦਿੱਤੀ ਜਾਵੇ? ਉਹਦਾ ਕਸੂਰ ਕੀ ਆ? ਉਹਨੇ ਕੀ ਗਲਤੀ ਕੀਤੀ ਔਜਲੇ ਨੇ? ਔਜਲਾ ਇੱਕ ਹੀਰਾ ਬੰਦਾ ਵਾ। ਅਸੀਂ ਇੱਥੇ, ਮੈਂ, ਮੇਰੇ ਨਾਲ ਕੁਛ ਵੀਰ ਆਏ ਸੀ, ਉਹ ਕਹਿੰਦੇ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ ਆ, ਉਹਦੇ ਬਾਰੇ ਗੱਲ ਕਰਨੀ ਆ, ਕਿਉਂਕਿ ਅਕਸਰ ਹੀ ਸੁਖਪਾਲ ਸਿੰਘ ਖਹਿਰਾ ਅਤੇ ਗੁਰਜੀਤ ਔਜਲਾ ਬੜੀ ਵਾਰੀ ਉਹਨਾਂ ਨੇ ਗੱਲ ਚੁੱਕੀ ਆ, ਅਤੇ ਅਸੀਂ ਚਾਹੁੰਦੇ ਹਾਂ ਵੀ ਸਾਡੀ ਪਾਰਟੀ ਜਿਹੜੀ ਆ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦੋਸ਼ੀਆਂ ਨੂੰ ਸਾਹਮਣੇ ਲੈ ਕੇ ਆਵੇ। ਉਹਦੇ ਲਈ ਅਸੀਂ ਮੰਗ ਪੱਤਰ ਲੈ ਕੇ ਆਏ ਹਾਂ, ਆ ਸਾਡੇ ਕੋਲ ਆ, ਇਹ ਸਾਰੇ ਵੀਰਾਂ ਨੇ, ਇਹ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੇ ਨਾਮ ਦਾ ਕਿ ਸੈਸ਼ਨ ਸ਼ੁਰੂ ਹੋਣਾ ਤੁਸੀਂ ਉੱਥੇ ਦਿਓ, ਇਹ ਸਾਡੇ ਜੀ ਰਾਜਾ ਵੜਿੰਗ ਜੀ ਦੇ ਨਾਮ ਦਾ, ਅਸੀਂ ਇਹਦੇ ਲਈ ਆਏ ਸੀ ਨਾਲ ਮੇਰੇ ਵੀਰ, ਜਦੋਂ ਅਸੀਂ ਲੈ ਕੇ ਆਏ, ਇਹ ਸਾਡੀ ਮੁੱਖ ਮੰਗ ਆ, ਕਿਉਂਕਿ ਪੰਜਾਬ ਜਿਹੜਾ ਵਾ, ਪੰਜਾਬ ਕਿਸ ਦੇ ਨਾਮ ਨਾਲ ਜਾਣਿਆ ਜਾਂਦਾ? ਸਾਡੇ ਗੁਰੂ ਰਾਮਦਾਸ ਦੀ ਨਗਰੀ ਦੇ ਵਿੱਚ ਜਿਹੜੇ ਵੀ ਕੰਮ ਆ ਉਹ ਗੁਰਜੀਤ ਔਜਲੇ ਨੇ ਪਹਿਲ ਦੀ ਆਧਾਰ 'ਤੇ ਹੱਲ ਕਰਾਏ। ਬਿਲਕੁਲ ਦਿੱਤਾ ਜਾਵੇਗਾ ਜੀ ਮੰਗ ਪੱਤਰ, ਇਹੀ ਮੇਨ ਮੰਗ ਆ। ਤੁਸੀਂ ਭੜਕਾਉਣ ਦੀ ਕੋਸ਼ਿਸ਼? ਬਿਲਕੁਲ ਭਾਜੀ, ਕਿੰਨੀਆਂ ਸਰਕਾਰਾਂ ਆਈਆਂ, ਕਿੰਨੀਆਂ ਗਈਆਂ, ਦੱਸੋ ਬੇਅਦਬੀ 'ਤੇ ਕੌਣ ਬੋਲਿਆ? ਕੋਈ ਬੋਲਿਆ? ਜਿਹੜਾ ਬੋਲਦਾ ਨੂੰ ਫੜ ਕੇ ਅੰਦਰ ਦੇ ਦਿੰਦੇ ਆ। ਮੈਨੂੰ ਵੀ ਦੇ ਦੇਣ, ਮੈਂ ਬਹੂੰਗਾ ਧਰਨੇ 'ਤੇ ਵੀ ਬਹੂੰਗਾ, ਜੇ ਮੈਨੂੰ ਦਿੱਲੀ ਬਹਿਣਾ ਪਿਆ ਉੱਥੇ ਵੀ ਬਹੂੰਗਾ। ਮੈਂ ਤਾਂ ਔਜਲਾ ਸਾਹਿਬ ਨੂੰ ਅਤੇ ਪਾਰਟੀ ਨੂੰ ਇਹ ਕਹਿਣ ਲਈ ਆਇਆ ਸੀ ਕਿ ਅਸੀਂ ਆਹ ਮਸਲੇ ਦੇ ਉੱਤੇ ਬੋਲੀਏ, ਅਤੇ ਆਹ ਸਾਡਾ ਮੇਨ ਮੋਟਿਵ ਹੈ, ਜਿਹੜੀ ਲੋਕਾਂ ਦੀਆਂ ਮੰਗਾਂ, ਵਰਕਰਾਂ ਦੀਆਂ ਮੰਗਾਂ ਉਹ ਸੁਣੀਏ, ਪਰ ਇੱਥੇ ਕੁਛ ਹੋਰ ਹੀ ਰੰਗ ਦੇ ਦਿੱਤਾ ਗਿਆ। ਇੱਦਾਂ ਜਿਹੜੇ ਵਰਕਰ ਹੈਗੇ ਮਾਹੌਲ ਖਰਾਬ ਕਰਦੇ? ਭਾਅ ਜੀ ਵਰਕਰ ਨਹੀਂ ਮਾਹੌਲ ਖਰਾਬ ਕਰਦੇ, ਵਰਕਰਾਂ ਨੂੰ ਤਾਂ ਵਿਚਾਰਿਆਂ ਨੂੰ ਪਤਾ ਹੀ ਹੁੰਦਾ, ਜਦੋਂ ਵਰਕਰਾਂ ਦੇ ਪਰਚੇ ਹੁੰਦੇ ਉਦੋਂ ਤਾਂ ਕੋਈ ਆਉਂਦਾ ਨਹੀਂ ਆ, ਅਤੇ ਜਦੋਂ ਵੱਡੇ ਵੱਡੇ ਲੀਡਰ ਅੰਦਰ ਜਾਂਦੇ ਤਾਂ ਫਿਰ ਗੱਡੀਆਂ ਇੱਥੇ ਲਾਲ ਬੱਤੀ ਵਾਲੀਆਂ ਵੇਖਿਆ ਕਰੋ ਕਿੱਦਾਂ ਘੁੰਮਦੀਆਂ ਉਹਨਾਂ ਦੇ ਅੱਗੇ ਪਿੱਛੇ। ਪਰ ਕਿਤੇ ਕਿਤੇ ਨੁਕਸਾਨ ਤਾਂ ਕਾਂਗਰਸ ਨੂੰ ਹੋ ਰਿਹਾ ਨਾ ਜੀ, ਜਿਹੜਾ ਅੱਜ ਇੱਥੇ ਜੋ ਹੋਇਆ ਵਾ? ਭਾਅ ਜੀ ਕਾਂਗਰਸ ਨੂੰ ਨੁਕਸਾਨ ਇਸ ਗੱਲ ਦਾ ਨਹੀਂ ਹੋਣਾ, ਇਹ ਕੁਛ ਇੱਕ ਦੋ ਬੰਦੇ ਹੁੰਦੇ, ਇਹਨਾਂ ਦੀਆਂ ਗੱਲਾਂ 'ਤੇ ਕੋਈ ਐਡਾ ਗੌਰ ਨਹੀਂ ਕਰਦਾ, ਨਾ ਕੋਈ ਇਹਨਾਂ ਨੂੰ ਸੀਰੀਅਸ ਲੈਂਦਾ, ਇਹ ਮੰਦਬੁੱਧੀ ਲੋਕ ਹਰ ਪਾਰਟੀ 'ਚ ਹੁੰਦੇ ਆ, ਇਹੋ ਜਿਹੇ ਛੋਟੀਆਂ ਛੋਟੀਆਂ ਗੱਲਾਂ ਦਾ ਐਡਾ ਸੀਰੀਅਸ ਨਹੀਂ ਲੈਣਾ ਚਾਹੀਦਾ। ਬਹੁਤ ਬਹੁਤ ਧੰਨਵਾਦ।